ਕਰਵਾਈ ਇੱਥੇ ਨਾ ਕੋਲ ਹੈਗਾ ਇੱਕ ਤੇ ਡੇਟ ਕੱਲ ਤੋਂ ਮੈਂ। ਹਾਂਜੀ ਭਾਈ ਸਾਹਿਬ, ਜਿਹੜੀ ਇਹ ਡਾਕ ਵਿਭਾਗ ਵੱਲੋਂ ਇਹ ਸਕੀਮ ਚਲਾਈ ਗਈ ਹੈ, ਇਸ ਦਾ ਨਾਮ ਕੀ ਹੈ ਔਰ ਇਸ ਦਾ ਆਮ ਲੋਕਾਂ ਨੂੰ ਕੀ ਲਾਭ ਹੋਵੇਗਾ, ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਦੱਸੋ। ਇਸ ਸਕੀਮ ਦਾ ਨਾਮ ਇੰਡੀਆ ਪੋਸਟ ਪੇਮੈਂਟ ਬੈਂਕ ਹੈ ਅਤੇ ਇਹ ਸਕੀਮ ਦੇ ਨਾਲ ਹਰ ਘਰ ਡਿਜੀਟਲੀਕਰਨ ਨਾਲ ਜੁੜੇਗਾ ਅਤੇ ਆਪਦੇ ਮੋਬਾਈਲ ਤੋਂ ਹੀ ਬੰਦਾ ਹਰ ਤਰ੍ਹਾਂ ਦੀਆਂ ਟ੍ਰਾਂਜੈਕਸ਼ਨਾਂ ਕਰ ਸਕਦਾ, ਜਿਵੇਂ ਕਿ ਮੋਬਾਈਲ ਰੀਚਾਰਜ, ਇੰਸ਼ੋਰੈਂਸ ਕਿਸ਼ਤ ਵਗੈਰਾ ਭਰਨਾ ਜਾਂ ਫੰਡ ਟ੍ਰਾਂਸਫਰ ਦੀ ਸਕੀਮ ਹੈ। ਅੱਛਾ ਜੀ, ਆਮ ਜਿਵੇਂ ਪੇ ਸਕੀਮ ਜਿਹੜੀ ਆ ਸਿਰਫ ਪੇਂਡੂ ਯੋਜਨਾ ਤਹਿਤ ਆ ਕਿ ਮਤਲਬ ਸ਼ਹਿਰਾਂ ਲਈ ਵੀ ਸਕੀਮ ਹੈ? ਨਹੀਂ ਸਰ, ਇਹ ਸ਼ਹਿਰਾਂ ਲਈ ਵੀ ਹੈ, ਹਰ ਘਰ ਘਰ ਤੱਕ ਪਹੁੰਚਾਉਣੀ ਸਕੀਮ ਹੈ। ਇਹ ਇੰਡੀਆ ਪੋਸਟ ਦੇ ਜਿਹੜਾ ਇੰਡੀਆ ਪੋਸਟ ਹੈ ਉਹਨੂੰ ਸਟੇਟ ਬੈਂਕ ਜਾਂ ਦੂਜੇ ਬੈਂਕਾਂ ਨਾਲ ਜੋੜਨ ਦਾ ਵੀ ਕੰਮ ਕਰੇਗਾ। ਇੱਕ ਵਿੱਚ